ਬਰਾਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਅਗਵਾਈ ਹੇਠ ਸਮਰਾਲਾ ਰੇਲਵੇ ਸਟੇਸ਼ਨ ਕਿਸਾਨਾਂ ਵੱਲੋਂ ਦੁਪਹਿਰ 1 ਤੋਂ 4 ਵਜੇ ਤੱਕ 3 ਘੰਟੇ ਲਈ ਰੇਲਾਂ ਰੋਕੀਆਂ ਗਈਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਟ੍ਰੇਨਾਂ ਰੋਕਣ ਸੰਬੰਧੀ ਮੁੱਖ ਮੁੱਦਾ ਪੰਜਾਬ ਦੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਈਆਂ ਨੂੰ ਕਾਫੀ ਸਮਾਂ ਲੰਘ ਚੁੱਕਾ ਹੈ, ਪਰੰਤੂ ਉਹਨਾਂ ਦੀ ਰਿਹਾਈ ਨਹੀਂ ਕੀਤੀ ਜਾ ਰਹੀ, ਜਦੋਂ ਕਿ ਬਲਾਤਕਾਰੀ ਰਾਮ ਰਹੀਮ ਨੂੰ ਸਰਕਾਰਾਂ ਵੱਲੋਂ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਲਈ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਕੀਤੀ ਜਾਵੇ। ਪੰਜਾਬ ਦੇ ਪਾਣੀਆਂ ਉੱਤੇ ਕੇਂਦਰ ਸਰਕਾਰ ਦੀ ਸ਼ਹਿ ਉੱਤੇ ਦਿੱਲੀ ਅਤੇ ਗੁਆਂਢੀ ਰਾਜਾਂ ਵੱਲੋਂ ਅੱਖ ਰੱਖੀ ਹੋਈ ਹੈ, ਜਦਕਿ ਸੰਵਿਧਾਨ ਅਨੁਸਾਰ ਪਾਣੀਆਂ ਦਾ ਮਾਮਲਾ ਕੇਵਲ ਰਾਜਾਂ ਦਾ ਮਸਲਾ ਹੈ, ਜਿਸ ਵਿੱਚ ਕੇਂਦਰ ਕਿਸੇ ਤਰ੍ਹਾਂ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਪੰਜਾਬ ਦੇ ਪਾਣੀਆਂ ਉੱਤੇ ਕੇਵਲ ਪੰਜਾਬ ਦਾ ਹੀ ਹੱਕ ਹੈ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜੋ ਲਾਪਤਾ ਹੋ ਚੁੱਕੇ ਸਨ ਸੰਬੰਧੀ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਅੱਗੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ਮਾੜੇ ਹਾਲਾਤਾਂ ਵੱਲ ਧੱਕਣਾ ਚਾਹੁੰਦੀ ਹੈ। ਉਹਨਾਂ ਪੰਜਾਬ ਦੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਪਾਣੀਆਂ ਸੰਬੰਧੀ ਪੰਜਾਬ ਨਾਲ ਧੱਕਾ ਕੀਤਾ ਗਿਆ ਤਾਂ ਸਾਡੀ ਸੰਘਰਸ਼ ਕਮੇਟੀ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋ ਜਾਵੇਗੀ। ਰਿਪੋਰਟ ਜਨ ਕਲਿਆਣ ਟੀਵੀ, ਪੱਤਰਕਾਰ ਹਨੀਸ਼ ਕੌਸ਼ਲ, ਸਮਰਾਲਾ। मैं संतोख सिंह नागरा, किसान मजदूर संघर्ष कमेटी पंजाब, जिला प्रधान लुधियाना। अज का की प्रोग्राम लिखा गया सीगा, की मंगा ने जी अपनी मंगा? मैं शॉर्ट दे विच आप जी नूं दस दिया, तो एक तो साढ़े उत्थे इन्हां ने धरना दे धरनाकारियां दे उत्ते हमला कीता सी, प्रदीप ते खत्री ते अमन डबल, उन्होंने खतरे उन्होंने साढ़े ते हमला किया, भाजपा गुंडे लेके साड़िया बीबिया भी बैठिया सी उत्थे टेंट पड़ दते, उन्होंने कोई उन्होंने अजे कोई कार्रवाई नहीं हुई है, सरेआम खुले घूम रहे ने। अगला हैगा साडा बंदी सिंघां दी रिहाई दा, ते उन्होंने 27-27 साल हो गए जेलां च बैठिया, उन्होंने रिहा क्यों नहीं किया जा रहा? ये साढ़े नाल दूरा मापदंड क्यों? ये सरकार नूं असीं पुछना चाहुंदे आ भी सरकार सानूं क्यों नहीं इंसाफ दिंदी, जदों सिंघां दी पूरियां सजावां हो चुकियां ने उन्हां नूं क्यों अंदर रखिया जा रहा? इहदे संबंध में साढ़े होर जगह जगह पर मोर्चे भी चलते हैं, जे सानूं ना इंसाफ मिलिया तो असीं संघर्ष होर तिखा करांगे। जिहड़े सफर कर रहे हैं उन्हां तों असीं माफ़ी मंगदे हां, मजबूरी है साड़ी, साडा कोई चाओ नहीं धरने लाउणा, ट्रेन नूं रोकणा साडा कोई चाओ नहीं है, साड़ी मजबूरी है, असीं भी उन्हां दीआं मजबूरियां समझदे हां। जिहड़े सफर कर रहे हैं बड़ा मुश्किल है, 3 घंटे साडा 1 बजे तो ला के 4 बजे तक जिहड़ा चक्का जाम कीता ट्रेनां दा, साडी मजबूरी कर दित्ती सरकार ने, इहदे विच सरकार दोषी है, साडा कोई दोष नहीं, सानूं इंसाफ नहीं मिलता, इस करके सानूं संघर्ष करना पिया। सति श्री अकाल जी, मेरा नाम कुलबीर सिंह मुश्काबाद। ਇਹਦਾ ਕਾਰਨ ਹੈ ਜੀ, ਅੱਜ ਮੇਨ ਸੀਗਾ ਕਿ ਸੈਂਟਰ ਨੂੰ ਅਸੀਂ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਵੀ ਭਾਈ ਸਾਡੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰੋ, ਕਿਉਂਕਿ ਉਹਨਾਂ ਨੇ ਆਪਣੀ ਸਜ਼ਾ ਹੀ ਨਹੀਂ ਪੂਰੀ ਕੀਤੀ, ਸਜ਼ਾ ਵੀ ਡਬਲ ਡਬਲ ਪੂਰੀ ਕਰ ਲਈ ਆ। ਇੱਥੇ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ਵੀ ਤੁਸੀਂ ਸਜ਼ਾ ਪੂਰੀ ਹੋਣ 'ਤੇ ਰਿਹਾ ਕਰਤਾ, ਮਹਾਤਮਾ ਗਾਂਧੀ ਦੇ ਵੀ ਕਾਤਲਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਸੀਗਾ, ਸਭ ਦੇ ਕਾਤਲ ਵੱਡੇ ਵੱਡੇ, ਔਰ ਇੱਥੋਂ ਤੱਕ ਕਿ ਜਿਹੜੇ ਦੇ ਉੱਤੇ ਪਤਾ ਨਹੀਂ ਕਿੰਨੀਆਂ ਹੀ ਧਾਰਾਵਾਂ ਅਤੇ ਕਿੰਨੀਆਂ ਹੀ ਸਜ਼ਾਵਾਂ ਅਤੇ ਕਿੰਨੀਆਂ ਹੀ ਉਹਦੇ 'ਤੇ ਕੇਸ ਚੱਲ ਰਹੇ ਨੇ ਔਲਰੇਡੀ, ਜਿਹੜਾ ਕਿ ਅਸੀਂ ਰਾਮ ਰਹੀਮ ਉਸ ਪਖੰਡੀ ਸਾਧ 'ਤੇ ਉਹਨੂੰ ਤੁਸੀਂ 4th ਦਿਨ ਪਰੋਲ ਦੇ ਦਿੰਦੇ ਹੋ, 110 ਦਿਨ ਤੋਂ ਵੱਧ ਉਹ 1 ਸਾਲ ਦੇ ਵਿੱਚ ਨਜ਼ਾਰੇ ਲੈ ਕੇ ਪੰਜਾਬ ਮੁੜ ਗਿਆ ਆ ਕੇ, ਤਾਂ ਇੱਥੇ ਬੰਦੀ ਸਿੰਘ ਜਿਹੜੇ ਯੋਧਿਆਂ ਨੇ ਸੰਘਰਸ਼ ਕਰਕੇ ਸਾਡੇ ਪੰਜਾਬ ਦੇ ਉਹਨਾਂ ਕਾਤਲਾਂ ਨੂੰ ਸਜ਼ਾ ਦਿੱਤੀ ਸੀਗੀ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਸੀ, ਉਹਨਾਂ ਨੂੰ ਤੁਸੀਂ ਅੱਜ ਤੱਕ ਬੰਦੀ ਰੱਖੀ ਬੈਠੇ ਹੋ, ਜਿਨ੍ਹਾਂ ਨੇ ਅੱਜ ਤੱਕ ਕਦੇ ਵੀ ਕਿਸੇ ਵੀ ਤਰੀਕੇ ਨਾਲ, ਜਿਵੇਂ ਆਪਾਂ ਬਹੁਤ ਸਾਰੇ ਦੇਖਦੇ ਹਾਂ ਗੈਂਗਸਟਰ ਹਮੇਸ਼ਾ ਜੇਲ੍ਹ ਦੇ ਵਿੱਚ ਬੈਠੇ ਬਹੁਤ ਸਾਰੇ ਅੰਦਰ ਤੋਂ ਵੀ ਕਾਰਵਾਈਆਂ ਕਰਦੇ ਰਹਿੰਦੇ ਨੇ, ਪੰਜਾਬ ਦਾ ਮਾਹੌਲ ਗੰਦਾ ਕਰਦੇ ਰਹਿੰਦੇ ਨੇ, ਕਿਸੇ ਦਾ ਕਤਲ ਕਰਾਉਣਾ ਕਤਲ ਕਰਾਉਂਦੇ ਰਹਿੰਦੇ ਨੇ, ਸਾਰਾ ਕੁਝ ਕਰਾਉਂਦਾ ਆਪਾਂ ਨੂੰ ਸਾਰਿਆਂ ਨੂੰ ਪਤਾ, ਪਰ ਬੰਦੀ ਸਿੰਘਾਂ ਨੇ ਅੱਜ ਤੱਕ ਇੱਕ ਵੀ ਐਸਾ ਮਸਲਾ ਨਹੀਂ ਕੀਤਾ,
एक भी बंदी सिंह ने सूरमे ने जगतार सिंह हवारा जी जथेदार साहब ने कोई ऐसी घटना नहीं की जिन्हें पंजाब का माहौल गंदा किया हो जिस पंजाब को डर लगता हो जे जथेदार साहब बाहर आना। हाँ अकाली दल को डर लगता हो लगता होर किसी सरकार होर किसी पार्टी कोई डर नहीं है तो उवें ही भुल्लर साहब या होर जिन्हें भी साढ़े बंदी सिंह जेलों के है उन्होंने किसी भी प्रकार लॉ ऑर्डर के उत्ते किसी भी तरीके का कोई खतरा नहीं है पर फिर भी पता नहीं क्यों सरकार उन्होंने अंदर बंद करी बैठी है। दूसरा मसला साडा इलाके दे पंजाब दे पानी का मसला एक तो पहले ही साडा पानी बहुत घट लुटिया जा रहा राजस्थान फ्री दे विच पानी दिता जा रहा तो दूसरा साडियां जिहड़ियां नहरां ने उन्हां नहरां नूं हुण पक्किया कीता जा रहा जिहदे नाल अज आपां नूं पता जिहड़ा जिहड़े इलाकियां दे विच पानी आ सरकार भी यह मानदी आ सारिआं ने यह गल मन ली आ कि जिहड़ा पानी आ उह 5 क साल जां वध तों वध 15 क साल पीण योग पानी आ जिहड़ा उह सानूं मिलेगा खेती करन वास्ते 5 क साल सानूं पानी मिलेगा तो जदों सारिआं नूं आपां नूं इह गल दा पता तां रीचार्ज करन वालियां धरती नूं रीचार्ज पानी पहुँचाउण वालियां कच्चियां नहरां नूं हुण तुसीं पक्के करन जा रहे हो तां तुसीं सरकार इह चाहुंदी आ कि इहनूं 5 साल की बजाय 2 सालों के अंदर पानी मुक जाए उस दे कारण करके अज असीं इत्थे 1 बजे तो लैके 4 बजे तक धरना लाया। धन्यवाद जी, सति श्री अकाल। जगतार सिंह जग्गा पिंड हेड़ियां उप प्रधान श्रोमणी अकाली दल अमृतसर पुलिस जिला खन्ना वेड़े असीं गुलामी का प्रतीक है जी। एक बंदा सज़ा होई होई दो बार परोल ते आ जांदा सरसे वाला साध साडे बंदी सिंघां नूं सज़ा कट्टी पूरियां करियां होईआं नूं 32-32 साल हो गए बैठिआं नूं उहनां नूं जजीरां 'च बन्ह के रखिआ होइआ सरकार ने। असीं गुलाम हैं इस देश विच। 1947 दे विच हिंदुआं नूं हिंदुस्तान मिल गया मुसलमानां नूं पाकिस्तान मिल गया पर साडा सिख स्थान कित्थे गिआ खालसा साडे नाल धोखा होइआ। असीं इस देश विच गुलाम हैं। साडे वास्ते कानून होर है आम जनता वास्ते कानून होर है। बंदी सिंह साढ़े रिहा होने चाहिए। तो देश विदेश अते लोकल शहरां दीआं तरों ताज़ियां खबरां देखण दे लई साडा ए यूट्यूब चैनल जन कल्याण टीवी नूं सबसक्राइब करना ना भुल्लिओ ते नाल ही बैल आइकन भी ऑन कर दो ताकि जदों भी असीं नवीं तों नवीं कोई न्यूज़ अपलोड करिए तां उहदी नोटिफिकेशन तुहाडे तक जल्द तों जल्द पहुंच जाए। सो सबसक्राइब जन कल्याण टीवी।